ਇਹਨਾਂ ਸਿਰਫ ਵਾਅਦੇ ਕਰਨੇ ਆ, ਵੋਟਾਂ ਲੈਣੀਆਂ। ਲੋਕ ਜਾਗ ਪਏ ਆ, ਚੋਣ ਜ਼ਾਬਤਾ ਲੱਗ ਲੈਣ ਦੇ। ਇਹਨਾਂ ਨੇ ਜੋ ਵਾਅਦੇ ਕੀਤੇ ਆ ਨਾ, ਅਸੀਂ ਤਾਂ ਅਜਿਹੇ ਬੰਦੇ ਛੱਡ ਕੇ, ਆਮ ਮਾਰੇ ਲੋਕ ਆ, ਇਹਨਾਂ ਨੂੰ ਪੁੱਛਣਗੇ, ਸਵਾਲ ਕਰਨਗੇ, ਇਹਨਾਂ ਦਾ ਜੀਣਾ ਹਰਾਮ ਹੋ ਜੂਗਾ। ਸਿਰਫ ਬੋਰਡ ਹੀ ਲੱਗਣ ਡਏ ਆ, ਹੋਰ ਕੋਈ ਇਹਨੂੰ ਕੁਛ ਨਹੀਂ ਦਿੱਤਾ ਜਾਂਦਾ। ਮੈਂ ਆਉਂਦਾ ਗਰੀਬਾਂ ਦੀਆਂ ਲੜਕੀਆਂ, ਜਿਹੜਾ 51-52 ਹਜ਼ਾਰ ਰੁਪਇਆ ਨਾ ਸਗਨ ਸਕੀਮ ਦਿੱਤੀ, ਉਹਨਾਂ ਗਰੀਬਾਂ ਨੂੰ ਦਿਓ ਯਾਰ। ਜਿਹੜੇ 10-10 ਮਰਲੇ ਦੇ ਪਲਾਟ ਦੇਣੇ ਗਰੀਬਾਂ ਨੂੰ, ਜਿੰਨਾਂ ਕੋਲ ਰਹਿਣ ਵਾਸਤੇ ਜਗ੍ਹਾ ਨਹੀਂ, ਉਹਨਾਂ ਨੂੰ ਦਿਓ, ਆਪਣੇ ਚੇਤਿਆਂ ਨੂੰ ਨਾ ਦਿਓ। ਜਿਸ ਤਰ੍ਹਾਂ ਹੰਕਾਰ ਆ, ਪ੍ਰਧਾਨ ਮੰਤਰੀ ਸੁੱਟ ਲਿਆ ਕਿਸਾਨਾਂ ਮਜ਼ਦੂਰਾਂ ਨੇ, ਇਹ ਕਿਹੜੀ ਵੱਡੀ ਗੱਲ ਆ? ਇਹਨਾਂ ਨੂੰ ਵੀ ਬੰਦੇ ਬਣਾ ਲਾਂਗੇ, ਸਿੱਧੇ ਕਰ ਲਾਂਗੇ। ਹਾਂ, ਇਹਨਾਂ ਦੇ ਵਿੱਚ ਆਣ ਕੇ ਸਿਆਸਤ ਲੜ ਕੇ ਫੇਰ ਨਹੀਂ ਸਾਡੇ ਪੱਲੇ ਕੋਟਣ। ਵੇਖੋ ਜੀ, ਕਿਸਾਨ ਜਿਹੜੇ ਅਸੀਂ ਹੱਕ ਲੈਣ ਦੀ ਲੜਾਈ ਲੜਦੇ ਹਾਂ, ਜਿਹੜੇ ਸਿਆਸੀ ਲੋਕ ਆ ਉਹਨਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ। ਜਿਹੜੇ ਇਹਨਾਂ ਨੇ ਵਾਅਦੇ ਕੀਤੇ, ਸਾਡੇ ਚੋਣ ਵਾਅਦੇ ਕੀਤੇ ਸੀ ਵੀ ਸਮੁੱਚਾ ਕਰਜ਼ਾ ਮਾਫ਼ ਕਰਾਂਗੇ, ਗੁਟਕਾ ਸਾਹਿਬ ਦੀ ਸਹੁੰ ਵੀ ਖਾਧੇ ਸੀ, ਨਸ਼ਾ ਜਿਹੜਾ ਚੌਂਕ ਹੈ ਖਤਮ ਕਰਾਂਗੇ, ਨਸ਼ਾ ਜਿਹੜਾ ਘਰ ਘਰ ਵਿਕਣ ਡਿਆ, ਸ਼ਰੇਆਮ ਵਿਕਣ ਡਿਆ ਵਾ, ਕੋਈ ਇਹਨਾਂ ਕਰਜ਼ਾ ਨਹੀਂ ਮਾਫ਼ ਕੀਤਾ। ਹਸਪਤਾਲ ਸਾਡੇ ਬਰਬਾਦ ਕਰਤੇ, ਸਾਡੇ ਸਕੂਲ ਬਰਬਾਦ ਕਰਤੇ ਆ, ਬੱਚਿਆਂ ਸਾਡਿਆਂ ਦਾ ਇਹਨਾਂ ਨੇ ਬੇੜਾ ਗਰਕ ਕਰਤਾ, ਜਿਹੜੀ ਘਰ ਘਰ ਸਮੈਕ ਵਾੜਤੀ ਆ। ਇਸੇ ਕਰਕੇ ਇਹਨਾਂ ਦੇ ਜਿਹੜੇ ਕੀਤੇ ਹੋਏ ਵਾਅਦੇ ਆ ਉਹ ਮਨਾਉਣ ਵਾਸਤੇ, ਲਾਗੂ ਕਰਾਉਣ ਵਾਸਤੇ ਅੱਜ ਰੇਲਾਂ 'ਤੇ ਬਹਿ ਗਏ ਹਾਂ। ਉਹਨਾਂ 'ਚ ਰੇਲਾਂ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਸਾਡੇ ਵਾਅਦੇ ਪੂਰੇ ਨਹੀਂ ਕਰਦੇ। ਜਿਹੜਾ ਮਨਪ੍ਰੀਤ ਕਹਿੰਦਾ ਵਾ ਖਜ਼ਾਨਾ ਖੜ ਲਿਆ, ਅਸੀਂ ਮਨਪ੍ਰੀਤ ਨੂੰ ਇਹ ਪੁੱਛਣਾ ਚਾਹੁੰਦੇ ਹਾਂ, ਜਿਹੜਾ ਨਸ਼ਾ ਵਾ ਇਹਨੂੰ ਬੰਦ ਕਰਨ ਵਾਸਤੇ ਕੋਈ ਪੈਸਾ ਨਹੀਂ ਲੱਗਣਾ, ਥੋੜ੍ਹਾ ਦਵਕਾ, ਥੋੜ੍ਹੀ ਸਖਤਾਈ ਕਰਨੀ ਪੈਣੀ ਆ। ਸਾਰਾ ਨਸ਼ਾ ਬੰਦ ਹੋ ਸਕਦਾ ਜੇ ਤੁਸੀਂ ਕਰਾਉਣਾ ਹੋਵੇ। ਆ ਜਿਹੜੇ ਮਾਸਟਰ ਟੀਚਰ ਜਿਹੜੇ ਕੱਚੇ ਆ ਉਹ ਵੇਖੋ ਧਰਨੇ ਲਾਉਣ ਡਏ ਆ, ਉਹਨਾਂ ਨੂੰ ਕੁੱਟਦੇ ਆ। ਚੰਨੀ ਸਰਕਾਰ ਦਾ DSP ਜਿਹੜਾ ਪੁੱਜਾ ਮਾਰ ਮਾਰ ਕੇ ਕੁੱਟਦਾ, ਉਹਨਾਂ ਦੇ ਗੋਡੇ ਤੋੜ ਦਿੰਦਾ, ਉਹਨੂੰ ਅਜੇ ਤਾਈਂ ਫੇਰ ਵੀ ਨੌਕਰੀ ਰੱਖਿਆ, ਉਹਨੂੰ ਬਰਦਾਸ਼ਤ ਕਰ ਦੇਣਾ ਚਾਹੀਦਾ ਹੈਗਾ। ਅਸੀਂ ਆਉਂਦੇ ਹਾਂ, ਜਿੰਨੇ ਤੁਸੀਂ ਵਾਅਦੇ ਕੀਤੇ ਆ ਉਹ ਸਾਡੇ ਪੂਰੇ ਕਰੋ। ਗਾਂ ਜਿਹੜੀ ਸਰਕਾਰ ਬਣਨੀ ਆ, ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਹਾਂ, ਉਹ ਵਾਅਦਾ ਕਰਿਓ ਜਿਹੜਾ ਸਾਡਾ ਪੂਰਾ ਕਰਨਾ ਵਾ। ਸਰਕਾਰ ਬਣਦਿਆਂ ਸਾਰ ਫਿਰ ਤੁਹਾਡੇ ਗੱਲ 'ਚ ਪਰਨੇ ਪਾਵਾਂਗੇ, ਤੁਹਾਨੂੰ ਘੇਰਾਂਗੇ, ਰੇਲਾਂ ਤੁਹਾਡੀਆਂ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਣਗੀਆਂ। ਚਿਹਰਾ ਹੀ ਬਦਲੀ ਕੀਤਾ, ਰਣਨੀਤੀਆਂ ਉਹ ਆ, ਕੈਪਟਨ ਨੂੰ ਇਹ ਕਰਕੇ ਸਾਈਡ 'ਤੇ ਕੀਤਾ ਵੀ ਕਿਤੇ ਹੋ ਸਕਦਾ ਸਾਨੂੰ ਵੋਟਾਂ ਨਾ ਪੈਣ, ਚੰਨੀ ਦੇ ਕਰਕੇ ਸ਼ਾਇਦ ਵੋਟਾਂ ਪੈ ਜਾਣ। ਚੰਨੀ ਨੇ ਰਿਕਾਰਡ ਹੀ ਤੋੜ ਦਿੱਤਾ ਵਾ, ਰੋਜ਼ ਹੀ ਵਹਿਦੇ। ਮੈਂ ਬਿਜਲੀ ਦਾ ਕੰਮ ਕਰ ਲੈਂਦਾ, ਮੈਂ ਪੱਠੇ ਪਾ ਲੈਂਦਾ, ਮੈਂ ਵੱਢ ਲੈਂਦਾ, ਮੈਂ ਮੰਜਾ ਪੁੱਲ ਲੈਂਦਾ। ਉਹ ਸਰਦਾਰ ਜੀ ਮੁੱਖ ਮੰਤਰੀ ਸਾਹਿਬ, ਅਸੀਂ ਮੰਜਿਆਂ ਦੀ ਲੋੜ ਨਹੀਂ, ਜਿੰਨਾ ਤੇਰਾ ਖਰਚ ਮੁੱਖ ਮੰਤਰੀ ਦਾ, ਤੇਰੀ ਡਿਊਟੀ ਕੀ ਆ, ਉਹ ਡਿਊਟੀ ਕਰ। ਜੇ ਨਹੀਂ ਡਿਊਟੀ ਇਹਨਾਂ ਨੇ ਕਰ ਸਕਦਾ, ਜੇ ਮੰਜੇ ਪੁੰਨੇ ਫਿਰ ਛੱਡੋ ਇਹ ਖੇੜਾ। ਲੱਖਾਂ ਕਰੋੜਾਂ ਗਿਣਤੀ ਦਾ ਖਰਚਾ ਆਉਣ ਡਿਆ ਤੇਰੇ 'ਤੇ, ਅਤੇ ਆਪਣਾ ਵਿਕਾਸ ਕਰ, ਆਪਣਾ ਪੰਜਾਬ ਸਾਂਭ, ਪੰਜਾਬ ਸਾਂਭ ਦੀ ਲੋੜ ਵਾ ਜਾ। ਇੱਕ ਬੰਨੇ ਸਾਡੇ ਅਧਿਆਪਕਾਂ ਨੂੰ ਕੁੱਟਿਆ ਜਾ ਰਿਹਾ, ਦੂਸਰੇ ਬੰਨੇ ਸਾਡਾ ਮੁੱਖ ਮੰਤਰੀ ਭੰਗੜੇ ਪਾਉਣ ਡਿਆ। ਭੰਗੜੇ ਪਾਉਣ ਵਾਸਤੇ ਹੋਰ ਬਹੁਤ ਲੋਕ ਆ, ਬਹੁਤ ਲੋਕਾਂ ਨੂੰ ਜਿਹੜਾ ਰੋਜ਼ੀ ਰੋਟੀ ਆ ਭੰਗੜਾ ਪਾ ਕੇ ਰੋਜ਼ੀ ਰੋਟੀ ਕਮਾਉਣ ਦੀ ਜ਼ਰੂਰਤ, ਉਹਨਾਂ ਨੂੰ ਆਪਣੀ ਮਜਬੂਰੀ ਹੁੰਦੀ ਭੰਗੜਾ ਪਾਉਣ ਵਾਸਤੇ, ਕਿਉਂਕਿ ਰੋਜ਼ੀ ਰੋਟੀ ਕਮਾਉਣ ਵਾਸਤੇ ਮੁੱਖ ਮੰਤਰੀ ਨੂੰ ਕੋਈ ਮਜਬੂਰੀ ਨਹੀਂ ਗੀ ਵੀ ਭੰਗੜਾ ਪਾ ਕੇ ਫਿਰ ਮੇਰੀ ਸਰਕਾਰ ਚੱਲੂਗੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਾਈਵ ਟੀਵੀ ਚੈਨਲ। ਅਸੀਂ ਦੱਸ ਰਹੇ ਹਾਂ ਕਿ ਅੱਜ 3 ਕਾਲੇ ਕਾਨੂੰਨ ਰੱਦ ਹੋਣ ਤੋਂ ਬਾਅਦ ਬਿਲਕੁਲ ਜੋ ਕਿ ਕਿਸਾਨਾਂ ਨੇ ਇੱਕ ਰੁਕ ਲਿਆ ਸੀ ਵਾਪਸੀ ਦਿੱਲੀ ਤੋਂ ਵਾਪਸ ਪੰਜਾਬ ਦੇ ਵਿੱਚ ਪਰਤਣ ਦਾ, ਇਸੇ ਤਰ੍ਹਾਂ ਦੇ ਇੱਕ 20 ਦਸੰਬਰ ਦੀ ਇੱਕ ਕਾਲ ਦਿੱਤੀ ਗਈ ਸੀ। ਕਾਲ ਦੇ ਵਿੱਚ ਦੱਸਿਆ ਗਿਆ ਸੀ ਕਿ ਇੱਕ ਚੱਕਾ ਜਾਮ ਕੀਤਾ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ, ਜੋ ਕਿ ਲਿਖਿਆ ਗਿਆ ਸੀ ਟਾਈਮ ਉਸ ਦੇ ਨਾਲ ਹੀ ਗੱਲਬਾਤ ਕਰ ਰਹੇ ਹਾਂ ਕਿ ਸਾਡੇ ਵਿੱਚ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵੀ ਖੜ੍ਹੇ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਅਜਿਹਾ ਕਿਉਂ ਹੋਇਆ ਇੱਕ 3 ਕਾਲੇ ਕਾਨੂੰਨ ਰੱਦ ਹੋਣ ਤੋਂ ਉਪਰੰਤ ਜੇਕਰ ਅੱਜ ਚੱਕਾ ਜਾਮ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਹੈ। ਇਹ ਕਹਿ ਰਹੇ ਨੇ ਕਿ ਇੱਕ ਪੰਜਾਬ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਇੱਕ ਚੱਕਾ ਜਾਮ ਕਰਕੇ ਅੱਜ ਇਸ ਚੀਜ਼ ਦਾ ਪ੍ਰੋਟੈਸਟ ਕੀਤਾ ਜਾ ਰਿਹਾ, ਗੱਲਬਾਤ ਕਰ ਰਹੇ ਹਾਂ, ਸਾਡੇ ਨਾਲ ਮੌਜੂਦ ਨੇ ਜੀ। ਹਾਂਜੀ, ਜਿਹੜਾ ਅੱਜ ਰੇਲਾਂ ਹੀ 20 ਤਰੀਕ ਨੂੰ ਰੋਕੀਆਂ ਵਾ, ਇਹ ਸਾਡਾ ਪਹਿਲੋਂ ਐਲਾਨ ਹੈ ਰੇਲਾਂ ਰੋਕਾਂਗੇ। ਜਦੋਂ ਅਸੀਂ ਦਿੱਲੀ ਦੇ ਅੰਦੋਲਨ ਕਰਨ ਡਿਆ ਕਾਲੇ ਕਾਨੂੰਨ ਦੇ ਵਾਪਸੀ ਦੇ ਲੜਾਈ ਮੋਦੀ ਨਾਲ ਸਾਡੀ ਲੜ ਰਹੇ, ਅਸੀਂ ਉਦੋਂ ਇਹਨਾਂ ਨੂੰ ਕਹਿੰਦੇ ਹਾਂ ਵੀ ਜਿੱਦਣ ਕਾਲੇ ਕਾਨੂੰਨ ਵਾਸ ਹੋ ਗਏ ਮਿੱਤਰੋ ਉਸੇ ਵੇਲੇ ਜਾ ਕੇ ਪੰਜਾਬ ਦੀਆਂ ਮੰਗਾਂ ਮਨਾਉਣ ਵਾਸਤੇ ਜਿਹੜੀ ਲੜਾਈ ਲੜਾਂਗੇ, ਪੰਜਾਬ ਦੀ ਗੌਰਮੈਂਟ ਨਾਲ ਲੜਾਂਗੇ। ਇਸ ਕਰਕੇ ਹੁਣ ਆਹ 10 ਦਿਨ ਹੋ ਗਿਆ ਅਸੀਂ ਦਿੱਲੀਓਂ ਆਏ ਹਾਂ, ਆਉਂਦੇ ਆਣ ਕੇ ਇੱਧਰ ਅਸੀਂ ਹੋ ਗਏ ਹਾਂ। ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸਾਡੇ, ਚੋਣ ਵਾਅਦੇ ਕੀਤੇ ਸੀ ਵੀ ਸਮੁੱਚਾ ਕਰਜ਼ਾ ਮਾਫ਼ ਕਰਾਂਗੇ, ਗੁਟਕਾ ਸਾਹਿਬ ਦੀ ਸਹੁੰ ਵੀ ਖਾਧੇ ਸੀ, ਨਸ਼ਾ ਜਿਹੜਾ ਚੌਥਾ ਖਤਮ ਕਰਾਂਗੇ, ਨਸ਼ਾ ਜਿਹੜਾ ਘਰ ਘਰ ਵਿਕਣ ਡਿਆ, ਸ਼ਰੇਆਮ ਵਿਕਣ ਡਿਆ ਵਾ, ਕੋਈ ਇਹਨਾਂ ਕਰਜ਼ਾ ਨਹੀਂ ਮਾਫ਼ ਕੀਤਾ। ਹਸਪਤਾਲ ਸਾਡੇ ਬਰਬਾਦ ਕਰਤੇ, ਸਾਡੇ ਸਕੂਲ ਬਰਬਾਦ ਕਰਤੇ ਆ, ਬੱਚਿਆਂ ਸਾਡਿਆਂ ਦਾ ਇਹਨਾਂ ਨੇ ਬੇੜਾ ਗਰਕ ਕਰਤਾ, ਜਿਹੜੇ ਘਰ ਘਰ ਸਮੈਕ ਵਾੜਤੀ ਆ। ਇਸੇ ਕਰਕੇ ਇਹਨਾਂ ਦੇ ਜਿਹੜੇ ਕੀਤੇ ਹੋਏ ਵਾਅਦੇ ਆ ਉਹ ਮਨਾਉਣ ਵਾਸਤੇ, ਲਾਗੂ ਕਰਾਉਣ ਵਾਸਤੇ ਅੱਜ ਰੇਲਾਂ 'ਤੇ ਬਹਿ ਗਏ ਹਾਂ। ਉਹਨਾਂ 'ਚ ਰੇਲਾਂ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਸਾਡੇ ਵਾਅਦੇ ਪੂਰੇ ਨਹੀਂ ਕਰਦੇ। ਜਿਹੜਾ ਮਨਪ੍ਰੀਤ ਕਹਿੰਦਾ ਵਾ ਖਜ਼ਾਨਾ ਖੜ ਲਿਆ, ਅਸੀਂ ਮਨਪ੍ਰੀਤ ਨੂੰ ਇਹ ਪੁੱਛਣਾ ਚਾਹੁੰਦੇ ਹਾਂ, ਜਿਹੜਾ ਨਸ਼ਾ ਵਾ ਇਹਨੂੰ ਬੰਦ ਕਰਨ ਵਾਸਤੇ ਕੋਈ ਪੈਸਾ ਨਹੀਂ ਲੱਗਣਾ, ਥੋੜ੍ਹਾ ਦਵਕਾ ਥੋੜ੍ਹੀ ਸਖਤਾਈ ਕਰਨੀ ਪੈਣੀ ਆ, ਸਾਰਾ ਨਸ਼ਾ ਬੰਦ ਹੋ ਸਕਦਾ ਜੇ ਤੁਸੀਂ ਕਰਾਉਣਾ ਹੋਵੇ ਤਾਂ। ਕੀ ਕਹਿ ਸਕਦੇ ਹਾਂ ਕਿ ਇੱਕ ਕਾਲੇ ਕਾਨੂੰਨ ਰੱਦ ਹੋਣ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਨਵਾਂ ਰੁੱਖ ਲਿਆ ਹੈ, ਔਰ ਮੈਂ ਕਹਿਣਾ ਚਾਹੁੰਦਾ ਕਿ ਇਸ ਚੀਜ਼ ਦੇ ਵਿੱਚ ਦੱਸਿਆ ਜਾਵੇ ਕਿ ਜੋ ਪੰਜਾਬ ਦੀਆਂ ਅਹਿਮ ਮੰਗਾਂ ਨੇ ਉਹ ਕੀ ਨੇ। ਵੇਖੋ ਜੀ, ਮੰਗਾਂ ਬਹੁਤ ਜਿਹਨੇ ਇਹਨਾਂ ਨੇ ਚੋਣ 'ਚ ਕੀਤੇ ਸੀ, ਕਰਜ਼ੇ ਦਾ ਕੀਤਾ ਇਹਨਾਂ ਨੇ, ਘਰ ਘਰ ਨੌਕਰੀ ਦਾ ਇਹਨਾਂ ਨੇ ਕੀਤਾ ਸੀ, ਸਮੁੱਚਾ ਕਰਜ਼ੇ ਦਾ ਇਹਨਾਂ ਕੀਤਾ ਸੀ, ਸਮੈਕ ਆਉਂਦੇ ਬੰਦ ਕਰਾਂਗੇ, ਨਸ਼ੇ ਬੰਦ ਕਰਾਂਗੇ, ਤੁਹਾਡੇ ਬੱਚਿਆਂ ਨੂੰ ਅਸੀਂ ਫ੍ਰੀ ਪੜ੍ਹਾਈ ਦੇਵਾਂਗੇ, ਲੱਖਾਂ ਦੀ ਗਿਣਤੀ 'ਚ ਅਸੀਂ ਨੌਕਰੀਆਂ ਦੇਵਾਂਗੇ, ਕੁਛ ਨਹੀਂ ਕੀਤਾ। ਆਹ ਜਿਹੜੇ ਮਾਸਟਰ ਆ ਟੀਚਰ ਜਿਹੜੇ ਕੱਚੇ ਆ ਉਹ ਵੇਖੋ ਧਰਨੇ ਲਾਉਣ ਡਏ ਆ, ਉਹਨਾਂ ਨੂੰ ਕੁੱਟਦੇ ਆ, ਚੰਨੀ ਸਰਕਾਰ ਦਾ DSP ਜਿਹੜਾ ਹੁੱਜਾ ਮਾਰ ਮਾਰ ਕੇ ਕੁੱਟਦਾ, ਉਹਨਾਂ ਦੇ ਗੋਡੇ ਤੋੜ ਦਿੰਦਾ, ਉਹਨੂੰ ਅਜੇ ਤਾਈਂ ਫੇਰ ਵੀ ਨੌਕਰੀ ਰੱਖਿਆ, ਉਹਨੂੰ ਬਰਦਾਸ਼ਤ ਕਰ ਦੇਣਾ ਚਾਹੀਦਾ ਹੈਗਾ। ਅਸੀਂ ਆਉਂਦੇ ਹਾਂ ਜਿੰਨੇ ਤੁਸੀਂ ਵਾਅਦੇ ਕੀਤੇ ਆ ਉਹ ਸਾਡੇ ਪੂਰੇ ਕਰੋ, ਗਾਂਹ ਜਿਹੜੀ ਸਰਕਾਰ ਬਣਨੀ ਆ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਹਾਂ, ਉਹ ਵਾਅਦਾ ਕਰਿਓ ਜਿਹੜਾ ਸਾਡਾ ਪੂਰਾ ਕਰਨਾ ਵਾ, ਸਰਕਾਰ ਬਣਦਿਆਂ ਸਾਰ ਫਿਰ ਤੁਹਾਡੇ ਗੱਲ 'ਚ ਪਰਨੇ ਪਾਵਾਂਗੇ, ਤੁਹਾਨੂੰ ਘੇਰਾਂਗੇ, ਰੇਲਾਂ ਤੁਹਾਡੀਆਂ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਣਗੀਆਂ। ਕੀ ਕਹਿ ਸਕਦੇ ਕਿ 4.5 ਸਾਲ ਜੋ ਕੈਪਟਨ ਸਰਕਾਰ ਨੇ ਪੰਜਾਬ ਸੂਬੇ ਦੇ ਉੱਤੇ ਰਾਜ ਕੀਤਾ, ਔਰ ਅੱਜ ਜੋ ਕਿ CM ਜੋ ਚੰਨੀ ਰੂਪ ਦੇ ਵਿੱਚ ਆਏ ਨੇ, ਚਰਨਜੀਤ ਸਿੰਘ ਚੰਨੀ ਜੋ ਕਿ ਅੱਜ ਇੱਥੇ ਪੰਜਾਬ ਦੇ ਵਿੱਚ ਲਿਖੇ ਗਏ ਨੇ ਨਵੇਂ CM, ਕੀ ਲੱਗਦਾ ਕਿ ਚਿਹਰੇ ਜਿਹੜੇ ਬਦਲ ਜਾਂਦੇ ਨੇ ਔਰ ਰਣਨੀਤੀਆਂ ਜਿਹੜੀਆਂ ਉਹੀ ਰਹਿੰਦੀਆਂ ਨੇ? ਚਿਹਰਾ ਹੀ ਬਦਲੀ ਕੀਤਾ, ਰਣਨੀਤੀਆਂ ਉਹ ਵਾ, ਕੈਪਟਨ ਨੂੰ ਇਹ ਕਰਕੇ ਸਾਈਡ 'ਤੇ ਕੀਤਾ ਵੀ ਕਿਤੇ ਹੋ ਸਕਦਾ ਸਾਨੂੰ ਵੋਟਾਂ ਨਾ ਪੈਣ, ਚੰਨੀ ਦੇ ਕਰਕੇ ਸ਼ਾਇਦ ਵੋਟਾਂ ਪੈ ਜਾਣ, ਚੰਨੀ ਨੇ ਰਿਕਾਰਡ ਹੀ ਤੋੜ ਦਿੱਤਾ ਵਾ, ਰੋਜ਼ ਹੀ ਵਾਅਦੇ, ਮੈਂ ਬਿਜਲੀ ਦਾ ਕੰਮ ਕਰ ਲੈਂਦਾ, ਮੈਂ ਪੱਠੇ ਪਾ ਲੈਂਦਾ, ਮੈਂ ਵੱਢ ਲੈਂਦਾ, ਮੈਂ ਮੰਜਾ ਪੁੱਲ ਲੈਂਦਾ। ਉਹ ਸਰਦਾਰ ਜੀ ਮੁੱਖ ਮੰਤਰੀ ਸਾਹਿਬ, ਅਸੀਂ ਮੰਜਿਆਂ ਦੀ ਲੋੜ ਨਹੀਂ, ਜਿੰਨਾ ਤੇਰਾ ਖਰਚ ਮੁੱਖ ਮੰਤਰੀ ਦਾ, ਤੇਰੀ ਡਿਊਟੀ ਕੀ ਆ, ਉਹ ਡਿਊਟੀ ਕਰ, ਜੇ ਨਹੀਂ ਡਿਊਟੀ ਇਹਨਾਂ ਨੇ ਕਰ ਸਕਦੇ, ਜੇ ਮੰਜੇ ਪੁੰਨੇ ਫਿਰ ਛੱਡੋ ਇਹ ਖੇੜਾ, ਲੱਖਾਂ ਕਰੋੜਾਂ ਦੀ ਗਿਣਤੀ ਦਾ ਖਰਚਾ ਆਉਣ ਡਿਆ ਤੇਰੇ 'ਤੇ, ਆਪਣਾ ਵਿਕਾਸ ਕਰ, ਆਪਣਾ ਪੰਜਾਬ ਸਾਂਭ, ਪੰਜਾਬ ਸਾਂਭ ਦੀ ਲੋੜ ਆ ਅੱਜ। ਕੀ ਕਹਿ
ਕਹਿ ਸਕਦੇ ਹਾਂ ਕਿ ਚੰਨੀ ਸਰਕਾਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਭੰਗੜੇ ਪਾਏ ਜਾ ਰਹੇ ਨੇ ਔਰ ਅੱਜ ਪੰਜਾਬ ਦੇ ਵਿੱਚ ਦੇਖਿਆ ਜਾ ਕੇ ਅਧਿਆਪਕਾਂ ਨੂੰ ਇੱਕ ਰੈਲੀ ਦੇ ਵਿੱਚ ਕੁੱਟ ਕੇ ਬਾਹਰ ਕੱਢਿਆ ਜਾ ਰਿਹਾ। ਕੀ ਕਹਿ ਸਕਦੇ ਆ ਕਿ ਭੰਗੜੇ ਪਾਉਣੇ ਜ਼ਰੂਰੀ ਨੇ ਕਿ ਜਿਹੜੇ ਇੱਕ ਸੂਬੇ ਦੇ ਅੰਦਰ ਜੋ ਕਿ ਕੱਚੇ ਅਧਿਆਪਕ ਨੇ ਔਰ ਕੱਚੇ ਜਿਹੜੇ ਮੁਲਾਜ਼ਮ ਬੈਠੇ ਨੇ ਉਹ ਇੱਕ ਅਹਿਮ ਮੰਗਾਂ ਵਾਸਤੇ ਜਦੋਂ ਜਾਂਦੇ ਨੇ ਤਾਂ ਉਹਨਾਂ ਨੂੰ ਕੁੱਟ ਕੇ ਬਾਹਰ ਕੱਢਿਆ ਜਾ ਰਿਹਾ। ਕੀ ਉੱਥੇ ਦੇਖ ਰਿਹਾ ਕਿ ਸੂਬਾ ਇੱਕ ਬਿਲਕੁਲ ਖੁਸ਼ਹਾਲ ਹੈ ਤਾਂ ਭੰਗੜੇ ਪਾਏ ਜਾਂਦੇ ਨੇ? ਵੇਖੋ ਜੀ, ਵੇਖ, ਇੱਕ ਬੰਨੇ ਸਾਡੇ ਅਧਿਆਪਕਾਂ ਨੂੰ ਕੁੱਟਿਆ ਜਾ ਰਿਹਾ, ਦੂਸਰੇ ਬੰਨੇ ਸਾਡਾ ਮੁੱਖ ਮੰਤਰੀ ਭੰਗੜੇ ਪਾਉਣ ਡਿਆ। ਭੰਗੜੇ ਪਾਉਣ ਵਾਸਤੇ ਹੋਰ ਬਹੁਤ ਲੋਕ ਆ, ਬਹੁਤ ਲੋਕਾਂ ਨੂੰ ਜਿਹੜਾ ਰੋਜ਼ੀ ਰੋਟੀ ਆ ਭੰਗੜਾ ਪਾ ਕੇ ਰੋਜ਼ੀ ਰੋਟੀ ਕਮਾਉਣ ਦੀ ਜ਼ਰੂਰਤ, ਉਹਨਾਂ ਨੂੰ ਆਪਣੀ ਮਜਬੂਰੀ ਹੁੰਦੀ ਭੰਗੜਾ ਪਾਉਣ ਵਾਸਤੇ, ਕਿਉਂਕਿ ਰੋਜ਼ੀ ਰੋਟੀ ਕਮਾਉਣ ਵਾਸਤੇ ਮੁੱਖ ਮੰਤਰੀ ਨੂੰ ਕੋਈ ਮਜਬੂਰੀ ਨਹੀਂ ਗੀ ਵੀ ਭੰਗੜਾ ਪਾ ਕੇ ਫਿਰ ਮੇਰੀ ਸਰਕਾਰ ਚੱਲੂਗੀ। ਆਪਣੇ ਦਫ਼ਤਰ 'ਚ ਬਹਿ ਕੇ ਆਪਣਾ ਵੇਖ, ਆਪਣੇ ਸਾਰੇ ਸਟਾਫ ਨੂੰ ਵੇਖ ਕੀ ਕਰਨ ਡਿਆ, ਥੱਲੇ ਤੇਰੇ ਕੀ ਹੋਣ ਡਿਆ ਯਾਰ, ਕਿ ਰੇਤਾ ਦਾ ਕਹਿੰਦਾ 5.5 ਰੁਪਏ ਫੁੱਟ ਦਊਂਗਾ, ਕੋ ਰੇਤਾ ਦਾ ਹੱਲ ਹੋਇਆ? ਕੋਈ ਨਹੀਂ ਹੱਲ ਹੋਇਆ, ਸਭ ਲਟੇਰੇ ਆਏ, ਇਹ ਜਿੰਨੇ ਲਟੇਰੇ ਆ ਇਹਨਾਂ ਨੂੰ ਸਰਕਾਰ 'ਚੋਂ ਬਾਹਰ ਕੱਢਣਾ ਚਾਹੀਦਾ ਵਾ। ਇੱਕ ਨਾ ਦੇਖਣ ਵਾਸਤੇ ਬਿਲਕੁਲ ਮਿਲਦਾ ਹੈ ਕਿ ਜੇਕਰ ਕਿਸੇ ਵਿਆਹੇ ਜੋੜੇ ਨੂੰ 1100 ਰੁਪਇਆ ਦਿੱਤਾ ਜਾਂਦਾ ਹੈ ਔਰ 1100 ਤੋਂ ਬਾਅਦ 11,000 ਦੇ ਕਰੀਬ ਜੋ ਕਿ ਪੰਜਾਬ ਦੇ ਵਿੱਚ ਲੱਗ ਰਿਹਾ ਕਿ ਇੱਕ ਬੋਰਡ ਲੱਗੇ ਹੋਏ ਨੇ, ਕੀ ਲੱਗਦਾ ਕਿ ਉਹ 11,000 ਰੁਪਇਆ ਜੇਕਰ ਕਿਸੇ ਦੇ ਖਾਤੇ ਦੇ ਵਿੱਚ ਗਿਆ ਹੁੰਦਾ ਤਾਂ ਉਹ ਬਿਲਕੁਲ ਇਹ ਖੁਸ਼ਹਾਲ ਹੁੰਦਾ ਕਿ 1100 ਰੁਪਏ ਦਾ ਜਿਹੜਾ ਇੱਕ ਉਸਨੂੰ ਤੋਹਫੇ ਵਜੋਂ ਦਿੱਤਾ ਗਿਆ ਉਹ ਇੱਕ ਸੋਸ਼ਲ ਬਣ ਗਿਆ ਜੀ? ਇੱਕ ਅੱਧੇ ਨੂੰ ਦੇ ਦਿੱਤਾ ਹੋਊਗਾ ਉਹ ਬੋਰਡ ਲਾਉਣ ਵਾਸਤੇ, ਕੋਈ ਮਾਤਾ ਆ ਜਾਂਦੀ ਜੱਫੀ ਪਾ ਕੇ, ਉਹ ਅਜੇ ਘਰ ਨਹੀਂ ਆਉਂਦੇ, ਬੋਰਡ ਪਹਿਲਾਂ ਲੱਗੇ ਹੁੰਦੇ ਆ, ਸਿਰਫ ਬੋਰਡ ਹੀ ਲੱਗਣ ਡਏ ਆ, ਹੋਰ ਕੋਈ ਇਹਨੂੰ ਕੁਛ ਨਹੀਂ ਦਿੱਤਾ ਜਾਂਦਾ। ਮੈਂ ਆਉਂਦਾ ਗਰੀਬਾਂ ਦੀਆਂ ਲੜਕੀਆਂ ਜਿਹੜਾ 51,000 ਰੁਪਇਆ ਨਾ ਸਗਨ ਸਕੀਮ ਦਿੱਤੀ ਉਹਨਾਂ ਗਰੀਬਾਂ ਨੂੰ ਦਿਓ ਯਾਰ, ਜਿਹੜੇ 10-10 ਮਰਲੇ ਦੇ ਪਲਾਟ ਦੇਣੇ ਗਰੀਬਾਂ ਨੂੰ ਜਿੰਨਾਂ ਕੋਲ ਰਹਿਣ ਵਾਸਤੇ ਜਗ੍ਹਾ ਨਹੀਂ ਉਹਨਾਂ ਨੂੰ ਦਿਓ, ਆਪਣੇ ਚੇਤਿਆਂ ਨੂੰ ਨਾ ਦਿਓ, ਤਾਂ ਵੱਡੇ ਵੱਡੇ ਚੇਤਿਆਂ ਨੂੰ ਦੇਣ ਡੇ ਜੇ ਤੁਸੀਂ। ਜੇਕਰ ਦੇਖਿਆ ਜਾਏ ਕੁਝ ਸਮੇਂ ਦੇ ਵਿੱਚ ਐਡੇ ਵੱਡੇ ਐਲਾਨ ਕੀਤੇ ਗਏ ਨੇ ਜੋ ਕਿ ਪੰਜਾਬ ਸਰਕਾਰ ਜੋ ਕਿ ਕੈਪਟਨ ਵੀ ਇੱਥੇ ਰਹੇ ਨੇ ਔਰ 4.5 ਸਾਲ ਦੇ ਵਿੱਚ ਤਾਂ ਪੂਰੇ ਹੋਏ ਨੇ, ਤੁਹਾਨੂੰ ਕੀ ਲੱਗਦਾ 3 ਮਹੀਨਿਆਂ ਦੇ ਵਿੱਚ ਪੂਰੇ ਹੋ ਸਕਦੇ ਸੀ? ਬਿਲਕੁਲ ਕੁਛ ਨਹੀਂ ਇਹਨਾਂ ਕਰਨਾ, ਇਹਨਾਂ ਸਿਰਫ ਵਾਅਦੇ ਕਰਨੇ ਆ, ਵੋਟਾਂ ਲੈਣੀਆਂ ਵਾ, ਲੋਕ ਜਾਗ ਪਏ ਆ, ਚੋਣ ਜਾਬਤਾ ਲੱਗ ਲੈਣ ਦੇ, ਇਹਨਾਂ ਨੇ ਜੋ ਵਾਅਦੇ ਕੀਤੇ ਆ ਨਾ, ਅਸੀਂ ਤਾਂ ਅਜਿਹੇ ਬੰਦੇ ਛੱਡ ਕੇ ਆਮ ਮਾਰੇ ਲੋਕ ਆ, ਇਹਨਾਂ ਨੂੰ ਪੁੱਛਣਗੇ, ਸਵਾਲ ਕਰਨਗੇ, ਇਹਨਾਂ ਦਾ ਜੀਣਾ ਆਰਾਮ ਹੋ ਜੂਗਾ। ਇੱਕ ਵੱਡਾ ਸਵਾਲ ਹੈ, 2022 ਦੀਆਂ ਇਲੈਕਸ਼ਨਾਂ ਬਿਲਕੁਲ ਸਿਰ ਦੇ ਉੱਤੇ ਆਈਆਂ ਨੇ, ਇੱਕ ਪੰਜਾਬ ਕਿਸਾਨਾਂ ਵੱਲੋਂ ਵੀ ਜੇਕਰ ਇੱਕ ਉਹਨਾਂ ਦੇ ਆਗੂ ਵੱਲੋਂ ਇੱਕ ਗੁਰਨਾਮ ਸਿੰਘ ਚੜੂਨੀ ਨੇ ਪ੍ਰੈਸ ਕਾਨਫਰੰਸ ਰਾਹੀਂ ਉਹਨਾਂ ਨੇ ਇੱਕ ਆਪਣੀ ਸੱਤਾ ਦੇ ਵਿੱਚ ਆਉਣ ਵਾਸਤੇ ਪਾਰਟੀ ਨਿਯੁਕਤ ਕੀਤੀ ਹੈ, ਕੀ ਲੱਗਦਾ ਕਿ ਹੋਰ ਵੀ ਜਥੇਬੰਦੀ ਇਸ ਚੀਜ਼ ਦਾ ਰੋਕ ਲਊਗੀ ਜੀ? ਨਹੀਂ, ਜਿਹੇ ਬੰਦਿਆਂ ਨੂੰ ਅਸੀਂ ਤਾਂ ਇਹ ਕਹਾਂਗੇ ਬਿਲਕੁਲ ਸਿਆਸਤ 'ਚ ਨਹੀਂ ਆਉਣਾ ਚਾਹੀਦਾ, ਇਹ ਗੰਦ ਵਾ, ਗੰਦ 'ਚ ਵੜ ਕੇ ਗੰਦ ਹੀ ਆਵਾਂਗੇ। ਜੇ ਅਸੀਂ ਕਿਸਾਨੀ ਦੇ ਮੁੱਦੇ 'ਤੇ ਲੜਦੇ ਹਾਂ, ਸੰਘਰਸ਼ੀ ਯੋਧੇ ਹਾਂ, ਹਾਂ ਸੰਘਰਸ਼ ਕਰਕੇ ਇਹਨਾਂ ਦੀ ਧੌਣ 'ਤੇ ਗੋਡਾ ਰੱਖ ਕੇ ਜਿਸ ਤਰ੍ਹਾਂ ਹੰਕਾਰਿਆ ਪ੍ਰਧਾਨ ਮੰਤਰੀ ਸੁੱਟ ਲਿਆ ਕਿਸਾਨਾਂ ਮਜ਼ਦੂਰਾਂ ਨੇ, ਇਹ ਕਿਹੜੀ ਵੱਡੀ ਗੱਲ ਆ, ਇਹਨਾਂ ਨੂੰ ਵੀ ਬੰਦੇ ਬਣਾ ਲਾਂਗੇ, ਸਿੱਧੇ ਕਰ ਲਾਂਗੇ, ਹਾਂ ਇਹਨਾਂ ਦੇ ਵਿੱਚ ਆਣ ਕੇ ਸਿਆਸਤ ਲੜ ਕੇ ਫਿਰ ਨਹੀਂ ਸਾਡੇ ਪੱਲੇ ਕੁਛ ਪੈਣਾ। ਕੀ ਕਹਿ ਸਕਦੇ ਹਾਂ ਸਰਕਾਰਾਂ ਦੇ ਅੱਗੇ ਜਿਹੜੇ ਹੱਕ ਲੈਣ ਵਾਲੇ ਹੁੰਦੇ ਨੇ, ਹੱਕ ਲੈਣ ਵਾਲੇ ਸਰਕਾਰਾਂ ਨੂੰ ਘੱਟ ਹੀ ਪਿਆਰੇ ਹੁੰਦੇ ਨੇ, ਤਾਂ ਦੱਸ ਸਕਦੇ ਹਾਂ ਕਿ ਜਿਹੜੇ ਕਿਸਾਨ ਅੱਜ ਰੇਲਾਂ 'ਤੇ ਬੈਠੇ ਨੇ ਇਹਨਾਂ ਦੀ ਕੀ ਅੱਖਾਂ ਦੇ ਵਿੱਚ ਕੀ ਦੇਖ ਰਿਹਾ ਕਿ ਅੱਜ ਕਿਸ ਤਰ੍ਹਾਂ ਦਾ ਇਹਨਾਂ ਦਾ ਮਾਹੌਲ ਹੈ? ਵੇਖੋ ਜੀ, ਕਿਸਾਨ ਜਿਹੜੇ ਅਸੀਂ ਹੱਕ ਲੈਣ ਦੀ ਲੜਾਈ ਲੜਦੇ ਹਾਂ, ਜਿਹੜੇ ਸਿਆਸੀ ਲੋਕ ਆ ਉਹਨਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਦੇ ਚੇਤੇ ਵੀ ਜਿਹੜੇ ਸਾਨੂੰ ਆਉਂਦੇ ਆ ਤੁਸੀਂ ਗਲਤ ਕਰਦੇ, ਪਰ ਅਸੀਂ ਲੜਾਈ ਉਹਨਾਂ ਦੀ ਵੀ ਲੜਦੇ ਹਾਂ, ਸਾਰਿਆਂ ਦੀ ਲੜਾਈ ਆ। ਜੇ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਕਿ MLA 'ਤੇ ਨਹੀਂ ਅਸਰ ਪੈਣਾ, ਕਿ ਸਰਪੰਚ 'ਤੇ ਅਸਰ ਨਹੀਂ ਪੈਣਾ, ਸਾਰਿਆਂ 'ਤੇ ਪੈਣਾ, ਸਾਰਿਆਂ ਦੀ ਲੜਾਈ ਅਸੀਂ ਲੜ ਕੇ ਆਇਆ। ਮੈਂ ਇਹ ਦੱਸਣਾ ਚਾਹੁੰਦਾ ਕਿਸਾਨ ਭਰਾਓ, ਮਜ਼ਦੂਰ ਭਰਾਓ, ਇਹਨਾਂ ਦੀਆਂ ਰੈਲੀਆਂ 'ਚ ਨਾ ਜਾਓ, ਇਹਨਾਂ ਦੇ ਵੱਡੇ ਵੱਡੇ ਕਾਫਲਿਆਂ 'ਚ ਨਾ ਜਾਓ, ਇਹਨਾਂ ਚੋਰਾਂ ਨੂੰ ਘਰ ਨਾ ਸੱਦੋ। ਇਹ ਉਹ ਲੋਕ ਆ ਜਿਨ੍ਹਾਂ ਨੇ ਸਾਨੂੰ ਤੱਤੀਆਂ ਆਪਣੇ ਗਾਰਡਰਾਂ 'ਤੇ ਬਿਠਾਇਆ ਸੀ, ਇਹ ਉਹ ਲੋਕ ਆ ਜਿਨ੍ਹਾਂ ਨੇ ਦਿੱਲੀ ਸਾਨੂੰ ਭੇਜਿਆ, ਇਹਨਾਂ ਸਰਕਾਰਾਂ ਨਕੰਮੀਆਂ ਦੇ ਕਰਕੇ ਸਾਨੂੰ ਦਿੱਲੀ ਜਾਣਾ ਪਿਆ ਸੀ। ਜੇ ਕਦੇ ਸਰਕਾਰਾਂ ਚੰਗੀਆਂ ਹੁੰਦੀਆਂ, ਅਕਾਲੀ ਚੰਗੇ ਹੁੰਦੇ, ਕਾਂਗਰਸ ਹੀ ਚੰਗੇ ਹੁੰਦੇ, ਯਾਰ ਮੋਦੀ ਦੀ ਕੀ ਜੋਤੇ ਕਾਲੇ ਕਾਨੂੰਨ ਇੱਥੇ ਲਿਆਉਂਦਾ, ਇਹ ਨਕੰਮੀਆਂ ਸਰਕਾਰਾਂ ਦੇ ਕਰਕੇ ਹੈਵੀ ਹੋਇਆ ਮੋਦੀ।
ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕਾਲੇ ਕਾਨੂੰਨ ਰੱਦ ਹੁੰਦੇ ਤਾਂ ਅੱਜ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੁੰਦੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਬਹੁਤ ਇਹਨਾਂ ਦੇ ਅਹਿਮ ਚਰਚੇ ਨਾਲ ਗੱਲਬਾਤ ਹੋਈ ਕਿ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਵੋਟਰ ਔਰ ਸਪੋਰਟਰ ਇਸੇ ਤਰ੍ਹਾਂ ਰਹੇ ਔਰ ਆਉਣ ਵਾਲਾ ਸਮਾਂ ਜਿਹੜਾ ਉਹਨਾਂ 'ਤੇ ਇਸ ਤਰ੍ਹਾਂ ਦਾ ਹੀ ਨਿਰਭਰ ਰਹੇਗਾ। ਇਹਨਾਂ ਦਾ ਬਿਲਕੁਲ ਇਹ ਵੀ ਕਹਿਣਾ ਹੈ ਕਿ ਜਿਹੜੇ ਕਿਸਾਨ ਰੁਕ ਲਏ ਨੇ ਸੱਤਾ ਦੇ ਵਿੱਚ ਉਹ ਹੋਰ ਕਿਸਾਨ ਨੇ ਔਰ ਸਾਡੇ ਜਥੇਬੰਦੀ ਵੱਲੋਂ ਨਹੀਂ ਲੈ ਗਏ। ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਕਿ ਇੱਕ ਇੱਕ ਸਰਕਾਰਾਂ ਦੇ ਨਾਲ ਔਰ ਸੱਤਾ ਦੇ ਵਿੱਚ ਬਿਲਕੁਲ ਨਹੀਂ ਆਉਂਦੀ। ਕੈਮਰਾ ਵਰਕਰਾਂ ਦੇ ਨਾਲ